ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਬਾਬਾ ਜੀਤਾ ਸਟੱਡ ਫਾਰਮ ਯੂਟਿਊਬ ਬਲੌਗ ਦੇ ਉੱਤੇ ਅਤੇ ਜਿਹੜੇ ਭਰਾ ਫੇਸਬੁੱਕ 'ਤੇ ਜੁੜੇ ਆ ਉਹਨਾਂ ਦੇ ਵੀ ਤਹਿ ਦਿਲੋਂ ਸਵਾਗਤ ਹੈ ਦੋਸਤੋ। ਅੱਜ ਮੇਲਾ ਸੀ, ਸੋਚਿਆ ਧੰਨਵਾਦ ਵਾਲੀ ਵੀਡੀਓ ਹੀ ਪਾ ਦਈਏ। ਬਹੁਤ ਸੋਹਣਾ ਪਿਆਰ ਦਿੱਤਾ ਦੋਸਤੋ, ਜਿਹੜੀ ਉਮੀਦ 'ਤੇ ਮੇਲਾ ਲਾਇਆ ਸੀ, ਮਿੰਨੀ ਮੇਲਾ ਲਾਇਆ ਸੀ, ਤੁਸੀਂ ਸਫਲ ਵੀ ਕੀਤਾ ਅਤੇ ਆਹ ਛੋਟੇ ਹੌਰਸ ਲਵਰਸ ਪਹੁੰਚੇ ਆ ਜੀ। ਸੋਚਿਆ ਇਹਨਾਂ ਦੀ ਵੀਡੀਓ ਦਾ ਬਹੁਤ ਸੋਹਣਾ ਮੇਲਾ ਦੋਸਤੋ ਭਰਿਆ। ਪਹਿਲਾਂ ਧੰਨਵਾਦ ਦੀਆਂ ਤੁਹਾਡੇ, ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ। ਵੀ ਜੀ ਇੰਨੇ ਰੇ ਭਰਾ ਆਏ ਇੰਨੇ ਵੀ ਸਾਰੀਆਂ ਕਲਿੱਪਾਂ ਤਾਂ ਨਹੀਂ ਲਾ ਸਕਿਆ, ਪਰ ਫਿਰ ਵੀ ਮੇਨ ਮੇਨ ਮੈਂ ਵਿੱਚ ਲਾ ਕੇ ਦਿਖਾਊਂ, ਨਾਲ ਦੀ ਨਾਲ ਉਹਨਾਂ ਦੀ ਹੈ ਨਾ ਡਿਟੇਲ ਦੱਸੀ ਜਾਊਂ। ਪਹਿਲਾਂ ਤਾਂ ਦੇਖੋ ਫਾਰਮ ਦੀ ਸਾਨ ਤੋਂ ਜੈਰਾਜ ਤੋਂ ਸ਼ੁਰੂ ਕਰਦੇ ਹਾਂ ਆਪਾਂ। ਇਹ ਆਪਣੇ ਫਾਰਮ ਦੀ ਸਾਨ ਜੀ ਜੈਰਾਜ, ਆਸਟ੍ਰੇਲੀਅਨ ਜੈਰਾਜ ਚੈਂਪੀਅਨ ਆ ਜੀ। ਅਤੇ ਜੈਰਾਜ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਇਹ ਨੋਟ ਫੋਰ ਸੇਲ ਆ ਜੀ ਅਤੇ ਸਟੱਡ ਸਰਵਿਸ ਲਈ ਓਪਨ ਹੈ। ਦੇਖ ਕੇ ਕਮੈਂਟਾਂ 'ਚ ਜ਼ਰੂਰ ਦੱਸੋ ਜੈਰਾਜ ਕਿੱਦਾਂ ਲੱਗਿਆ। ਚੱਜ ਨੇ ਅੱਜ ਤੁਹਾਨੂੰ ਦਿਖਾਇਆ, ਨਹੀਂ ਤਾਂ ਅੰਦਰ ਖੜ੍ਹਾ ਹੀ ਦੇਖਦਾ ਹੁੰਦਾ। ਅੱਜ ਉਹ ਵੀ ਭਰਾ ਆਏ ਸੀ, ਉਹ ਕਹਿੰਦੇ ਬਾਹਰ ਕੱਢ ਕੇ ਦਿਖਾਓ, ਤਾਂ ਘੋੜਾ ਡੱਬੇ 'ਚੋਂ ਬਾਹਰ ਨਿਕਲਿਆ। ਤਾਂ ਮੈਂ ਸੋਚਿਆ ਵੀ ਜਿਹੜੇ ਭਰਾ ਨਹੀਂ ਪਹੁੰਚ ਸਕੇ ਪਰ ਆਪਣੇ ਚੈਨਲ ਦੀ ਆਪਣੀ ਫੈਮਿਲੀ ਆ ਉਹਨਾਂ ਨੂੰ ਵੀ ਦਿਖਾਇਆ ਜਾਵੇ ਹੈ ਨਾ। ਤਾਂ ਦੋਸਤੋ ਆਹ ਤੁਹਾਡਾ ਜੈਰਾਜ ਖੜ੍ਹਾ ਜੀ, ਕਿਸੇ ਦਿਨ ਇਹਦੀ ਪ੍ਰੋਫੈਸ਼ਨਲ ਵੀਡੀਓ ਪਾਵਾਂਗੇ। ਤਾਂ ਉਸ ਤੋਂ ਬਾਅਦ ਆਹ ਬਸ਼ੀਰੀ ਦੇਖੋ, 3 ਸਾਲ ਦੀ ਹੋਈ ਆ, ਮੇਟ ਹੋਈ ਨੂੰ 20 ਕੁ ਦਿਨ ਹੋ ਗਏ ਅਤੇ ਸੋ ਕੁਆਲਿਟੀ ਬਸ਼ੀਰੀ ਆ। ਗਰਦਨ ਕੰਨ ਕੁੰਨ ਫੇਸ ਪ੍ਰੋਫਾਈਲ ਬਹੁਤ ਸੋਹਣੀ ਹੈ ਅਤੇ ਭੁਲੇਖਾ ਨਾ ਖਾ ਜਾਓ। ਆਹ ਹੁਣ ਬਸ਼ੀਰਾ ਜੀ, ਬਸ਼ੀਰਾ ਦਲਵਾਗ ਰਾਣੀਏ ਦਾ ਪੋਤਾ, ਸਾਲ ਦਾ ਹੋਇਆ ਅਤੇ ਇਹ ਹੈਗਾ ਜੀ ਰਤਨ ਰਾਜ ਘੋੜੇ ਦਾ। ਇਹਨਾਂ ਵਿੱਚੋਂ ਕਾਫੀ ਜਾਨਵਰ ਸੇਲ ਹੋ ਗਏ, ਇਹ ਬਸ਼ੀਰਾ ਵੀ ਸੇਲ ਹੋ ਗਿਆ। ਨਵੇਂ ਮਾਲਕਾਂ ਨੂੰ ਮੁਬਾਰਕਾਂ ਜੀ, ਵਾਧਾ ਕਰੇ ਅਤੇ ਬੱਚਾ ਬਣੂ ਬਹੁਤ ਚੰਗਾ, ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਬੱਚੇ ਨੂੰ। ਬਹੁਤ ਜ਼ਿਆਦਾ ਚੰਗਾ ਬਣਨ ਵਾਲਾ ਬਸ਼ੀਰਾ, ਨਖਰਾ ਨੁਖਰਾ ਅਗਰੈਸਨ ਫੁੱਲ ਆ ਅਤੇ ਇਹ ਨੁਕਰੀ ਘੋੜੀ ਰੱਸੇ ਨਾਲ ਹੀ ਬਾਬਾ ਬਹਾਤਾ ਉੱਪਰ ਜੀ ਸਾਊ ਇੰਨੀ ਆ। ਸੋ ਜਿਹੜੇ ਵੀਰਾਂ ਨੂੰ ਬਰਾਤਾਂ ਵਾਲੀ ਘੋੜੀ ਚਾਹੀਦੀ ਹੋਵੇ ਨੌਕਰੀ, ਤਾਂ ਉਹ ਇਹ ਦੇਖ ਲਿਓ ਜੀ, ਆਹ ਬਿਨਾਂ ਲਗਾਮ ਤੋਂ ਜਿਹੜੀ ਉੱਤੇ ਬਾਲੂ ਲਗਾਮ ਨੇ ਤਾਂ ਭਾਈ ਲੈਣਾ। ਸਾਊ ਠੰਡੀ ਆ, ਸਪੋਟਲੈਸ ਆ ਘੋੜੀ, ਖਾਲੀ ਆ ਜੀ, ਬਸ਼ੀਰੀ ਲਾ ਕੇ ਆਈ ਆ। ਪਹਿਲਾਂ ਸੂਈ ਹੋਈ ਅਤੇ ਆਹ ਖੜ੍ਹੇ ਆ ਨਵੇਂ ਮਾਲਕ ਬਸ਼ੀਰੇ ਦੇ, ਅਤੇ ਆਹ ਖੜ੍ਹਾ ਨੁਕਰਾ ਬਸ਼ੀਰਾ ਜੀ, ਮਹਿਲਾਂ ਵਾਲੇ ਛੋਟੇ ਮਹਿਲਾਂ ਵਾਲੇ ਘੋੜੇ ਦਾ ਕ੍ਰੈਸ ਦਾ ਜਾਵਾਂ ਆਂਡੇ ਨਾਲ ਦਾ, ਇਹ ਵੀ ਸਪੋਟਲੈਸ, ਇਹ ਵੀ ਸੇਲ ਹੋ ਗਿਆ ਜੀ। ਅਤੇ ਇਹ 3 ਸਾਲ ਵਾਲੀ ਬਸ਼ੀਰੀ ਮੱਥੇ ਫੁੱਲ ਦੀ, ਅਤੇ ਕੰਨ ਕੰਡੀਸ਼ਨ ਇਹਦੀ ਦੇਖੋ, ਉਹ ਰਹਿ ਗਈ ਵਿੱਚ, ਉਹਦਾ ਡਿਟੇਲ ਅੱਧੀ ਦਿੱਤੀ ਸੀ ਨਾ, ਅਤੇ ਡਿਟੇਲ ਰਹਿ ਗਈ ਦੇਖੋ ਕੰਨ ਕਿੰਨਾ ਕੁਆਲਿਟੀ ਵਾਲਾ। ਅੱਧੀ ਅੱਧੀ ਕੁੰਡੀ ਮੁੜਦੀ ਹੈ ਅਤੇ ਕੁੰਡੀ ਵੀ ਆਏ ਨਹੀਂ ਵੀ, ਜੇ ਉੱਪਰ ਮੁੜਦੀ ਹੈ ਤਾਂ ਉੱਪਰ ਚਾੜ ਜੋ ਦੇਖੋ ਦੁਬਾਰਾ, ਜੇ ਨਾਲ ਲਾਊ ਅਤੇ ਧਿਆਨ ਨਾਲ ਦੇਖੋ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ ਮੂਹਰੇ 'ਤੇ, ਜਿਹੜੀ ਬਰੀਡਿੰਗ ਕਰੂ ਤੈਂ ਤੋੜੂ। ਕੁਆਲਿਟੀ ਕੰਡੀਸ਼ਨ ਵਾਲੀ ਬੱਚੀ ਆ, 3 ਸਾਲ ਦੀ ਹੋਈ ਆ, ਇਕੱਲੇ ਮੱਥੇ ਫੁੱਲ ਅਤੇ ਬੁੱਲ ਚਿੱਟਾ, ਹੋਰ ਪੈਰ ਪੂਰ ਕੋਈ ਚਿੱਟਾ ਨਹੀਂ ਜੀ। ਕੁਆਲਿਟੀ ਬਹੁਤ ਆ, ਗਰਦਨ ਦੀ ਪੇਟ ਵਾਲਾ ਲੈਂਥ ਲੁੰਥ ਬਹੁਤ ਚੰਗੀ ਆ, ਗਰਦਨ ਦੀ ਪ੍ਰੋਫਾਈਲ ਪ੍ਰੋਫੂਲ। ਉਸ ਤੋਂ ਬਾਅਦ ਆ ਗਈ ਇਹ ਘੋੜੀ ਜੀ 4 ਸਾਲ ਦੀ, 3 ਪੈਰ ਚਿੱਟੇ, ਮੱਥੇ ਬਲੇਜ ਆ ਇਹਦੇ, ਤੋਰੇ ਦੀ ਬਹੁਤ ਜ਼ਿਆਦਾ ਸਾਫ਼ ਆ। ਇਹਦੀ ਮੈਂ ਬਾਅਦ 'ਚ ਡਿਟੇਲ ਦਿੰਦਾ, ਪਹਿਲਾਂ ਆਹ 2 ਦੰਦ ਬਸ਼ੀਰੀ ਦੇਖੋ ਜੀ, ਇਹ ਵੀ ਬੱਚੀ ਹਾਈਟ ਹੂਈਟ ਬਹੁਤ ਚੰਗੀ ਕੱਢ ਰਹੀ ਆ। ਅਤੇ ਮਾਫ਼ੀ ਚਾਹਵਾਂਗੇ ਦੋਸਤੋ, ਬਸ਼ੀਰੀ ਇਹ ਵੀ ਸੇਲ ਹੋਊਗੀ। ਜ਼ਿਆਦਾ ਜਿਨ੍ਹਾਂ ਦੀਆਂ ਮੈਂ ਕਲਿੱਪਾਂ ਬਣਾਈਆਂ ਬਾਬੇ ਦੀ ਕਿਰਪਾ ਨਾਲ, ਮੈਂ ਸੋਚਿਆ ਚਲੋ ਪਾਵਾਂਗੇ ਹੈ ਨਾ, ਅਤੇ ਪਰਮਾਤਮਾ ਨੇ ਕਿਰਪਾ ਨਹੀਂ ਕੀਤੀ, ਉਹ ਨਾਲ ਦੀ ਨਾਲ ਸੇਲ ਹੋਈ ਗਈ। ਅਤੇ ਆਹ ਨੌਕਰੀ ਰਹਿੰਦੀ ਦੋਸਤੋ, ਜੇ ਕੋਈ ਨੌਕਰੀ ਦਾ ਚਾਹਵਾਨ ਹੋਇਆ, ਖਾਲੀ ਘੋੜੀ ਆ, 60 ਇੰਚ ਹਾਈਟ ਆ, ਸਾਊ ਠੰਡੀ ਆ, ਜੇ ਕੋਈ ਚਾਹਵਾਨ ਹੋਇਆ ਤਾਂ ਇਹ ਨੌਕਰੀ ਦੇਖ ਸਕਦਾ ਜੀ। ਅਤੇ ਆਹ ਦੇਖੋ 2 ਦੰਦ ਬਸ਼ੀਰੀ ਭਾਗਸਰ ਵਾਲੇ ਬਾਈ ਰਾਜਵੀਰ ਵਾਲੇ ਘੋੜੇ ਦੀ ਆ, 2 ਦੰਦ ਹੋਈ ਆ ਅਤੇ 61 ਇੰਚ ਦੇ ਲਵੇ ਇਹਦੀ ਹਾਈਟ ਹੋਈ ਖੜ੍ਹੀ ਆ, ਚੰਗੀ ਆ ਬਸ਼ੀਰੀ। ਕੋਈ ਬਾਈ ਰਾਜਵੀਰ ਵਾਲੇ ਘੋੜੇ ਦਾ ਫੈਨ ਹੋਵੇ
ਜਿਹਨੇ ਬਸ਼ੀਰੀ ਲੈਣੀ ਹੋਈ ਚਾਹ ਵਾਲਣ ਤਾਂ ਉਹ ਇਹ ਦੇਖ ਸਕਦਾ ਅਤੇ ਆਹ ਬਸ਼ੀਰਾ ਫਿਰ ਉਹੀ ਆ ਗਿਆ ਕਲਿੱਪ ਉਹਦੀ ਦਿਲਵਾਗ ਦੇ ਪੋਤੇ ਦੀ। ਚੰਗਾ ਬਹੁਤ ਸੀ ਬੱਚਾ, ਬਾਬਾ ਸੰਵੰਢ ਨਾ ਕਰੇ ਅਤੇ ਆਹ ਦੇਤੀ ਬਾਈ ਉਹਨਾਂ ਨੂੰ ਮਾਰ ਵਾਲੀ ਬਸ਼ੀਰੀ ਮੱਥੇ ਪਟੇ ਦੀ। ਸੰਵੰਢ ਨਹੀਂ ਹੋਵੇ ਵਾਧਾ ਕਰੇ ਜਾ ਕੇ, ਹੈ ਨਾ, ਰੰਗ ਭਾਗ ਲਾਵੇ। ਅਤੇ ਬਹੁਤ ਬਹੁਤ ਮੈਂ ਪਹਿਲਾਂ ਤਾਂ ਧੰਨਵਾਦੀ ਹਾਂ ਉਹਨਾਂ ਭਰਾਵਾਂ ਦਾ ਜਿਹੜੇ ਆਪਣੇ ਫਾਰਮ 'ਤੇ ਪਹੁੰਚੇ, ਆਪਾਂ ਨੂੰ ਮਾਣ ਦਿੱਤਾ, ਵਿਸ਼ਵਾਸ ਕੀਤਾ ਆਪਣੇ 'ਤੇ ਅਤੇ ਸੇਵਾ ਦਾ ਮੌਕਾ ਦਿੱਤਾ ਅਤੇ ਆਹ ਆ ਗਏ ਉਹ ਚਾਲ ਵਾਲੀ ਘੋੜੀ। ਇਹ ਜੈਰਾਜ ਤੋਂ ਦੋਸਤੋ ਮੇਟ ਹੋ ਗਈ, ਫੋਟੋ ਵੀਡੀਓ ਪਈ ਹੈ ਸਾਰੀ, 61 ਇੰਚ ਦੇ ਲਵੇ ਹਾਈਟ ਹੈ ਜੀ। ਅਤੇ ਇਹਦੀ ਮੈਂ ਲਾਸਟ 'ਤੇ ਇੱਕ ਕਲਿੱਪ ਹੋਰ ਵੀ ਚੱਜ ਨਾਲ ਲਾ ਦੂੰ ਅਤੇ ਉਹ 'ਚ ਆਪਾਂ ਮੋਟੀ ਮੋਟੀ ਡਿਟੇਲ ਦੇ ਦਾਂਗੇ। ਅਤੇ ਇੱਕ ਮੈਂ ਲਾਸਟ ਲਾਊਂ ਦਲਸੀਰ ਕਾਕੀ ਵਾਲੇ ਆਪਣੇ ਬਸ਼ੇਰੇ ਦੀਆਂ ਫੋਟੋਆਂ, ਅਤੇ ਉਹ ਬਸ਼ੇਰੇ ਦੀ ਵੀ ਕਾਫੀ ਮੰਗੀ ਆ ਜੀ। ਅਤੇ ਆਹ ਚੱਲੀ ਇੱਕ ਬਸ਼ੇਰੀ ਹੋਰ ਕਮੈਤ ਜਾਨਵਰ ਬਾਬੇ ਕਰ, ਆਪਣਾ ਵਧੀਆ ਸੇਲ ਹੋਇਆ ਦੋਸਤੋ, ਜਿੰਨੇ ਕੁ ਹੋ ਸਕੇ ਅੱਜ ਆਪਾਂ ਭੇਜ ਤੇ ਦੂਜੇ ਕੱਲ੍ਹ ਚਲੇ ਜਾਣਗੇ ਅਤੇ ਜਾਨਵਰ ਵਧੀਆ ਸੇਲ ਹੋ ਗਏ। ਧੰਨਵਾਦ ਦੀਆਂ ਤੁਹਾਡੇ ਸਾਰਿਆਂ ਦੇ ਪਿਆਰ ਦੇ, ਜੋ ਆਪਣੇ 'ਤੇ ਇੰਨਾ ਵਿਸ਼ਵਾਸ ਕੀਤਾ ਤੁਸੀਂ। ਅਤੇ ਦਲਸੀਰ ਕਾਕੀ ਦਾ ਸਪੋਟਲੈਸ ਬਸ਼ੀਰਾ ਦੇਖੋ, ਗਰੰਟੀ ਨਾਲ ਦੋਸਤੋ। ਦਲਸੀਰ ਕਾਕੀ ਦਾ ਕੋਈ ਹੋਵੇ, ਦਲਸੀਰ ਕਾਕੀ ਦਾ ਬੱਚਾ ਲੈਣ ਦਾ ਚਾਹਵਾਨ ਤਾਂ ਉਹ ਇਹ ਬਸ਼ੀਰਾ ਦੇਖ ਸਕਦਾ। ਇਸ ਤੋਂ ਬਾਅਦ ਇੱਕ ਮਾਰਵਾੜੀ ਬਸ਼ੀਰੇ ਦੀ ਝਲਕ ਦਿਖਾਉਣੀ ਹੈ ਥੋੜ੍ਹੀ ਜਿਹੀ। ਨਾਂ ਤਾਂ ਦੋਸਤੋ ਤੁਸੀਂ ਸੁਣਿਆ ਹੀ ਹੋਣਾ, ਹੁਸਨ ਕਾਂਟਾ, ਦੋ ਦੰਦ ਬਸ਼ੀਰਾ ਹੁਸਨ ਕਾਂਟਾ। ਅਤੇ ਕਾਂਟਾ ਸੁਣ ਕੇ ਤੁਹਾਨੂੰ ਪਤਾ ਵੀ ਚੱਲ ਗਿਆ ਹੁਣ ਕਾਲੇ ਕਾਂਟੇ ਦਾ ਦੋਸਤੋ, ਦੋ ਦੰਦ ਬਸ਼ੀਰਾ ਹੁਸਨ ਕਾਂਟਾ। ਅਤੇ ਆਹ ਦੇਖੋ ਜਿਹੜੀ ਸਵਾਰੀ ਵਾਲੀ ਬਸ਼ੀਰੀ ਘੋੜੀ ਆ, 4 ਸਾਲ ਦੀ ਹੈਗੀ ਹੈ ਜੀ ਅਤੇ ਜੈਰਾਜ ਤੋਂ ਮੇਟ ਆ। ਕੱਦ ਹੈਗਾ 61 ਇੰਚ ਦੇ ਲਵੇ ਇਹਦਾ, 60-65 ਇੰਚ ਹਾਈਟ ਆ। ਅਤੇ ਨੰਬਰ ਚੱਲ ਪਏ ਦੋਸਤੋ, ਜੇ ਹੋਰ ਸੇਵਾ ਚਾਹੀਦੀ ਹੋਈ ਤਾਂ ਡਿਟੇਲ ਲੈ ਲਿਓ। ਅਤੇ ਮਿਲਦੇ ਹਾਂ ਆਪਾਂ ਜਲਦੀ ਨਵੀਂ ਵੀਡੀਓ ਨਾਲ। ਧੰਨਵਾਦ ਦੀਆਂ ਦੋਸਤੋ, ਨੰਬਰ ਬੋਲਦਾ ਮੈਂ 62-9-91-544-98-548-95-555-99 ਦੋਸਤਾਂ ਦਾ। ਬਹੁਤ ਬਹੁਤ ਦੋਸਤੋ ਧੰਨਵਾਦ, ਤੁਹਾਡਾ ਫਿਰ ਇੱਕ ਵਾਰ ਜਾਂਦਾ ਹੋਇਆ ਬਹੁਤ ਆਭਾਰੀ ਹਾਂ ਤੁਹਾਡੇ।